गंगू की मां घर घर दसदी फिरदी आ असि किन्ने भागा वाले लोग साडे घर दसवें पातशाह की माता ते गुरु गोबिंद सिंह महाराज साहिबजादे साडे घर आए ने माता जी को सोने दियां मोहरां दी खुरजी सी गंगू बामन का मन ललचा गया अपनी मां नूं कहिंदा माता गुरु कहिंदे कोल धन बड़ा है गुरु गोबिंद सिंह महाराज दी माता दे कोल आ सोने दियां मोहरां दी खुरजी आ ए धन सारी जिंदगी साथों तां की साथों साड़ियां कई पीढ़ियां तों नहीं मुकना माता मैं बाजार जांदा यार लैके आउंदा इन्हां दे खाने विच यार मिला दे खा के मर जाणगे रात दे अंधेरे समय कदे छड आवांगा ओदी मां ने आख्या है गंगिया एक कहन तू पहला तेरी जबान क्यों ना सड़ गई वे गंगिया ओ घर जिस घर दा बाई बरे नमक खादा है बाई बरे उस घर की कीमत लगा मोड़न एक काम मैं नहीं जान देना एक काम मैं नहीं होन देना गंगू अपनी मां नूं कहिंदा काम कीते बिना मैं रहना नहीं पाप बुरे ने जगत दे सारे पापी नूं प्यारे लगदे जी पाप बुरे ने जगत दे सारे पापी नू प्यारे लगदे पाप बुरे ने जगत दे पापी को प्यारा पाप करे पाप को सारा मां ने आख्या काम होण नहीं देना एने आख्या मैं काम कीते बना रहना नहीं माफ करना मां ने आख्या जे काम करना जा पापिया जदों माता साहबजादे आराम करने वास्ते सो जाणगे ए सोने दियां मोहरां दी खुरजी अख बजा के चुरा ली ए गल कह दी कोई चोर चबाका आके चोरी करके लै गया सियाणे कहिंदे ने दुखां दियां घड़ियां सियाणे कहिंदे ने दुखां दियां घड़ियां सुखां दे सालां नालों लंबियां होया करदियां ने खालसा जी सुखां दा समां बड़ी जल्दी जल्दी बीत जांदा खालसा जी दुख दी इक घड़ी कई सालां तों लंबी हो जाया करदी आ वक्त जदों इंसान ते वक्त जदू इंसान ते आन बनदा स
ਸੱਪ ਰਸੀਆਂ ਦੇ ਬਣ ਬਣ ਕੱਟ ਜਾਂਦੇ ਤੇ ਬੁਰੇ ਭਲੇ ਬੁਰੇ ਦੀ ਕੋਈ ਨਾ ਪਰਖ ਰਹਿੰਦੀ ਮਿੱਤਰ ਮਿੱਤਰਾਂ ਤੂੰ ਪਾਸਾ ਵੱਟ ਜਾਂਦਾ ਚੱਕਰ ਪਾਵੀ ਦਜਨਾ ਦੇ ਸਿਰ ਚੱਲੇ ਅੰਮ੍ਰਿਤ ਸਮਝ ਕੇ ਯਾਰ ਨੂੰ ਚੱਟ ਜਾਂਦੇ ਸਾਡੇ ਢਾਡੀ ਪੜਿਆ ਕਰਦੇ ਨੇ ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਇੱਕ ਦਿਨ ਟੈਂਦੀਆਂ ਟੈਂਦੀਆਂ ਟਹਿ ਜਾਂਦੇ ਰੁੱਸੇ ਸੱਜਣ ਨੂੰ ਜੇ ਮਨਾਈਏ ਨਾ ਤੇ ਪਹਾੜ ਪੈਂਦੀਆਂ ਪੈਂਦੀਆਂ ਪੈ ਜਾਂਦੇ ਚੁਗਲ ਬਾਜ ਨਹੀਂ ਚੁਗਲੀਓ ਬਾਜ ਆਉਂਦੇ ਖਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ਮਰ ਜਾਣਗੇ ਕਰਮ ਤੈਨੂੰ ਤੇਰੇ ਕਿਸੇ ਨੇ ਤੈਨੂੰ ਕੀ ਮਾਰਨਾ ਮਰ ਜਾਣਗੇ ਕਰਮ ਤੈਨੂੰ ਤੇਰ ਕਿਸੇ ਨੇ ਤੈਨੂੰ ਕੀ ਮਾਰਨਾ ਦੋਸ਼ ਨਾ ਦੇਓ ਕਿਸੇ ਦੋਸ਼ ਕਰਮ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਣਾ ਅੱਧੀ ਰਾਤ ਦਾ ਸਮਾਂ ਇਸ ਗੰਗੂ ਬ੍ਰਾਹਮਣ ਨੇ ਛੋਟੇ ਸਾਹਿਬਜ਼ਾਦੇ ਮੈਂ ਤਾਂ ਗੁਜਰ ਕੌਰ ਇੱਕ ਸਾਹਿਬਜ਼ਾਦੇ ਨੂੰ ਖੱਬੀ ਗੋਦੀ 'ਚ ਦੂਜੇ ਨੂੰ ਸੱਜੀ ਗੋਦੀ 'ਚ ਗੁਰੂ ਕੀ ਸੰਗਤ ਮਾਤਾ ਗੁਜਰੀ ਜੀ ਲੈ ਕੇ ਬੈਠੇ ਹੋਏ ਸਨ ਪਿੱਠ ਪਿੱਛੇ ਸਿਰਾਣਿਆਂ ਦਾ ਢਾਸਣਾ ਕੀਤਾ ਜੀ ਸਮਾਂ ਕੁਝ ਇਹੋ ਜਿਹਾ ਬਣਿਆ ਸਿਆਣਿਆਂ ਦੀਆਂ ਕਹਾਵਤਾਂ ਨੇ ਚਿੰਤਾ ਵਾਲੇ ਬੰਦੇ ਨੂੰ ਨੀਂਦ ਨਹੀਂ ਆਇਆ ਕਰਦੀ ਖਾਲਸਾ ਜੀ ਉਹ ਜਦੋਂ ਜੱਗ 'ਤੇ ਜ਼ੁਲਮ ਦੀ ਅੱਤ ਹੁੰਦੀ ਧਰਮ ਲੁੱਕਦਾ ਲੁੱਕਦਾ ਲੁੱਕ ਜਾਂਦਾ ਉਹ ਜਿਹੜੇ ਬੰਦੇ ਨੂੰ ਚਿੰਤਾ ਦਾ ਰੋਗ ਲੱਗਾ ਬੰਦਾ ਸੁੱਕਦਾ ਸੁੱਕਦਾ ਸੁੱਕ ਜਾਂਦਾ ਕਿਸੇ ਸੱਜਣ ਪਿਆਰਿਆਂ ਨੂੰ ਮਿਲੀਏ ਨਾ ਤੇ ਰਿਸ਼ਤਾ ਟੁੱਟਦਾ ਟੁੱਟਦਾ ਟੁੱਟ ਜਾਂਦਾ ਅੰਤਮ ਸਮਾਂ ਇਨਸਾਨ ਦਾ ਜਦੋਂ ਆਵੇ ਤੇ ਸਾਹ ਰੁੱਕਦਾ ਰੁੱਕਦਾ ਰੁੱਕ ਜਾਂਦਾ ਗੁਰੂ ਕੀ ਸੰਗਤ ਰਾਤ ਦੇ 12 ਵਜੇ ਦਾ ਸਮਾਂ ਇਸ ਬ੍ਰਾਹਮਣ ਨੇ ਇਸ ਗੰਗੂ ਬ੍ਰਾਹਮਣ ਨੇ ਗੁਰੂ ਕੀ ਸੰਗਤ ਅੱਖ ਬਚਾ ਕੇ ਤੇ ਮਾਤਾ ਗੁਜਰੀ ਦੀ ਸੋਨੇ ਦੀਆਂ ਮੋਹਰਾਂ ਵਾਲੀ ਖੁਰਜੀ ਚੁਰਾ ਲਈ ਤੇ ਗੁਰੂ ਕਿਸੋਂ ਚੁਰਾ ਕੇ ਇੱਕ ਪਾਸੇ ਕਰ ਲਈ ਤੇ ਰੌਲਾ ਪਾਤਾ ਚੋਰ 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 ਮਾਤਾ ਗੁਜਰੀ ਨੇ ਆਖਿਆ ਪੁੱਤ ਗੰਗਿਆ ਚੋਰ ਤੇ ਇੱਥੇ ਕੋਈ ਹੋਰ ਤੇ ਇੱਥੇ ਕੋਈ ਨਹੀਂ ਆਇਆ ਇੱਥੇ ਇੱਕ ਤੂੰ ਆ ਤੇ ਅਸੀਂ ਹਾਂ ਤੇਰੇ ਪਰਿਵਾਰ ਤੇ ਜੀ ਨੇ ਤੇ ਹੋਰ ਤੇ ਕੋਈ ਨਹੀਂ ਆਇਆ ਪੁੱਤਰ ਝੂਠ ਬੋਲਣ ਦੀ ਕੀ ਲੋੜ ਹੈ ਮਾਤਾ ਨੂੰ ਪਤਾ ਸੀ ਇਹਦਾ ਮਨ ਬੇਈਮਾਨ ਹੋ ਗਿਆ ਮਨ ਦੀ ਵਸਤਾ ਜਦੋਂ ਚੜ੍ਹ ਜਾ ਤੇ ਟੀਲੇ 'ਤੇ
टीला ना पहाड़ दा मन की वस्ता चढ़ जा।